ناظرین گزشتہ دنوں آپ نے خبر سنی ہوگی کہ بارش کی وجہ سے مختلف سرکاری اسپتالوں کے وارڈز اور ایمرجنسی میں بارش کا پانی داخل ہو گیا۔ اب سرکاری اسپتال کس حال میں ہے، آئیے دیکھتے ہیں۔ او مار گئے ہو تھا اوئے، اوہ بس دی وجہ تو سب بند ہو گیا، خدا دا واسطہ جو اے سی چلا دیو، اے سی نہیں چلتا کوئی ایک ادھا پکھا ہی چلا دیو یار، ਉਹ ਖਿੱਚ ਖਿੱਚ ਕੇ ਸਾਹ ਲੈਣਾ ਪੈ ਰਿਹਾ ਯਾਰ। ਇੱਕ ਤਾਂ ਤੁਹਾਡੀ ਖਿੱਚ ਖਿੱਚ ਖਤਮ ਨਹੀਂ ਹੋਤੀ, ਹਮ ਵੀ ਤਾਂ ਤੁਹਾਡੇ ਸਾਥ ਗਰਮੀ ਮੇਂ ਮਰ ਰਹੇ ਹੈਂ। ਉਹ ਬਾਜੀ ਜੀ, ਤੁਸੀਂ ਗਰਮੀ 'ਚ ਕਿਹੜਾ ਮਰਨ ਡੇ ਹੋ, ਤੁਸੀਂ ਮਰੀਜ਼ ਨਹੀਂ ਨਾ ਹੈਗੇ, ਅਸੀਂ ਮਰੀਜ਼ ਹਾਂ। ਜਿਤਨਾ ਤੁਮ ਸ਼ੋਰ ਮਚਾਤੇ ਹੋ ਨਾ, ਮੁਝੇ ਲਗਤਾ ਹੈ ਅਨਕਰੀਬ ਮੈਂ ਵੀ ਮਰੀਜ਼ ਹੋ ਜਾਊਂਗੀ। ਓਏ ਅੱਲਾ ਕੋਲੋਂ ਖੈਰ ਮੰਗ ਭੈਣ ਮੇਰੀਏ, ਤੁਸੀਂ ਮਰੀਜ਼ ਹੋਵੋ ਤੇ ਤੁਹਾਨੂੰ ਪਤਾ ਲੱਗੇ ਨਾ ਬਿਮਾਰੀ 'ਚ ਖਿੱਚ ਖਿੱਚ ਕੇ ਸਾਹ ਲੈਣਾ ਕਿੱਡਾ ਮੁਸ਼ਕਲ ਹੁੰਦਾ ਹੈ। ਤੁਸੀਂ ਤੇ ਜਾ ਕੇ ਥੋੜੀ ਥੋੜੀ ਦੇਰ ਬਾਅਦ ਡਾਕਟਰ ਦੇ ਕਮਰੇ 'ਚ ਠੰਡੀ ਹਵਾ ਲੈ ਆਉਂਦੇ ਹੋ। ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ, ਡਾਕਟਰ ਸਾਹਿਬ ਦੇ ਕਮਰੇ ਦਾ ਏਸੀ ਕਦੀ ਖਰਾਬ ਨਹੀਂ ਹੁੰਦਾ, ਇਹ ਵਾਰਡਾਂ ਦੇ ਏਸੀ ਹਰ ਦੂਜੇ ਤੀਜੇ ਹਫ਼ਤੇ ਫੌਤ ਹੋ ਜਾਂਦੇ ਨੇ। ਨਾ ਸਾਂਸ ਆ ਰਹੀ ਹੈ, ਨਾ ਫੇਫੜੇ ਨੂੰ ਆਕਸੀਜਨ ਮਿਲ ਰਹੀ ਹੈ, ਨਾ ਕੋਈ ਬੈੱਡ ਮਿਲ ਰਿਹਾ। ਓ ਚਾਚਾ ਜੀ, ਤੁਸੀਂ ਤੇ ਐਵੇਂ ਹੀ ਇੱਥੇ ਖੱਜਲ ਹੋਣ ਡੇ ਹੋ, ਬੇਟਾ ਇਹਨਾਂ ਨੂੰ ਘੋੜਾ ਹਸਪਤਾਲ ਲੈ ਜਾ, ਇਹਨਾਂ ਦੀ ਤੇ ਡਬਲ ਸ਼ਨਾਖਤ, ਉੱਥੇ ਵੀ ਇਲਾਜ ਹੋ ਸਕਦੇ ਨਾ। ਆਪਕੋ ਸ਼ਰਮ ਆਨੀ ਚਾਹੀਏ, ਆਪ ਕਿਸ ਤਰ੍ਹਾਂ ਕੀ ਬਾਤ ਕਰ ਰਹੇ ਹੈਂ। ਅੱਛਾ ਜੀ, ਚਲੋ ਮਸ਼ਵਰਾ ਦੇਣ ਦਾ ਤੇ ਦੌਰ ਹੀ ਨਹੀਂ ਰਿਹਾ। ਚਾਚਾ ਜੀ, ਤੁਹਾਡੇ ਤੇ ਮੋਜਾਂ ਲੱਗੀਆਂ ਨੇ, ਤੁਹਾਨੂੰ ਵੀਲ ਚੇਅਰ ਮਿਲੀ ਹੈ, ਤੁਸੀਂ ਕਦੀ ਉਸ ਨੁਕਰੇ ਕਦੀ ਉਸ ਨੁਕਰੇ ਜਾ ਰਹੇ ਹੋ, ਤੁਹਾਨੂੰ ਕੀ? ਇੱਕੋ ਹੀ ਵੀਲ ਚੇਅਰ ਭਗਵਾਨ ਸਾਹਿਬ ਬੈਠੇ ਨੇ, ਕਬਜ਼ਾ ਕਰਕੇ ਮੈਂ ਜਾਣਾ ਸੀ ਆਪਣੇ ਐਕਸਰੇ ਲਵਾਉਣ। ਉਹ ਭਾਈ ਜੀ, ਤੁਸੀਂ ਐਕਸਰੇ ਕਿਉਂ ਲਵਾਉਣ ਜਾਣਾ? ਇਹ ਡਾਕਟਰ ਨੇ ਹੁਣੇ ਆਉਣਾ ਤੇ ਉਹਨੇ ਐਕਸਰੇ ਨਹੀਂ ਲਵਾਉਣਾ ਤੁਹਾਡਾ, ਉਹਨੇ ਤੁਹਾਡੀ ਸ਼ਰਟ ਲਵਾਉਣੀ ਹੈ, ਉਹਦੇ ਬਾਅਦ ਉਹਨੇ ਸੋਟੀ ਨਾਲ ਤੁਹਾਨੂੰ ਦੱਸ ਦੇਣਾ ਕਿ ਆ ਤੁਹਾਡੀ 1, 2 ਤੇ 3 ਪਸਲੀ 'ਚ ਦਰਦ ਹੈ। ਆਏ ਮੇਰੇ ਹੱਥ ਮੇਂ ਦਰਦ ਹੋ ਰਹੀ ਹੈ ਸਿਸਟਰ, ਮੁਝੇ ਲਗਤਾ ਹੈ ਮੇਰੀ ਟ੍ਰਿਪ ਬੰਦ ਹੋ ਗਈ ਹੈ। ਹਾਥ ਹਾਥ ਮਤ ਹਿਲਾਓ, ਇਤਨਾ ਸ਼ੋਰ ਮਚਾਇਆ ਹੁਆ